ਜੇਕਰ ਗੱਲ ਕਰੀਏ ਲੁਧਿਆਣਾ ਸ਼ਹਿਰ ਦੀ ਤਾਂ ਲੁਧਿਆਣਾ ਸ਼ਹਿਰ ਨੂੰ ਸਮਾਰਟ ਸਿਟੀ ਵਜੋਂ ਜਾਣਿਆ ਜਾਂਦਾ ਹੈ। ਉੱਥੇ ਹੀ ਦੂਸਰੇ ਪਾਸੇ ਸਮਾਰਟ ਸਿਟੀ ਦੇ ਵਿੱਚ ਸੜਕੀ ਹਾਦਸਿਆਂ ਨੂੰ ਕਿਸੇ ਤਰ੍ਹਾਂ ਦੀ ਵੀ ਠੱਲ ਨਹੀਂ ਪੈ ਰਹੀ। ਬੀਤੇ ਦਿਨੀ ਲੁਧਿਆਣਾ ਦੇ ਬਸਤੀ ਜੋਧੇਵਾਲ ਸੀਵਰੇਜ ਬੰਦ ਹੋਣ ਦੇ ਕਾਰਨ ਪਾਣੀ ਦੀ ਨਿਕਾਸੀ ਲਈ ਇੱਕ ਟੋਇਆ ਪੁੱਟਿਆ ਗਿਆ ਸੀ, ਪਰ ਇਹ ਟੋਆ ਕਦੋਂ ਕਿਸੇ ਦੀ ਜਾਨ ਲੈ ਲਵੇਗਾ ਇਸ ਦਾ ਅੰਦਾਜ਼ਾ ਕਿਸੇ ਨੂੰ ਨਹੀਂ ਸੀ। ਇਸ ਦਰਦਨਾਕ ਹਾਦਸੇ ਦਾ ਕਾਰਨ ਪ੍ਰਸ਼ਾਸਨ ਹੈ। ਨਾ ਤਾਂ ਉਸ ਰੋਡ ਦੇ ਉੱਪਰ ਕੋਈ ਲਾਈਟ ਹੈ ਅਤੇ ਨਾ ਹੀ ਉਸ ਟੋਏ ਦੇ ਉੱਪਰ ਕੋਈ ਨਿਸ਼ਾਨ ਦਿੱਤਾ ਹੋਇਆ ਸੀ। ਉੱਥੇ ਹੀ ਪਰਿਵਾਰਕ ਮੈਂਬਰ ਅਤੇ ਮੁਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਟੋਨੀ ਪਰਿਵਾਰ ਦਾ ਇੱਕੋ ਇੱਕ ਮੈਂਬਰ ਕਮਾਉਣ ਵਾਲਾ ਸਾਧਨ ਸੀ ਅਤੇ ਸਾਡੀ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਹੈ ਕਿ ਪਰਿਵਾਰ ਵਾਲਿਆਂ ਨੂੰ 1 ਕਰੋੜ ਅਤੇ ਪਰਿਵਾਰ ਦੇ 1 ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਉਸ ਠੇਕੇਦਾਰ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਕਿਸੇ ਵੀ ਵਿਅਕਤੀ ਦੇ ਨਾਲ ਦੁਬਾਰਾ ਇਹੋ ਜਿਹੀ ਘਟਨਾ ਨਾ ਹੋ ਸਕੇ। ਮੰਦਭਾਗਾ ਪਰਸੋਂ ਰਾਤ ਨੂੰ 11 ਵਜੇ ਬਸਤੀ ਜੋਧੇਵਾਲ ਚੌਂਕ ਦੇ ਨੇੜੇ ਇੱਕ ਇਹਨਾਂ ਨੇ ਖੱਡਾ ਪੁੱਟਿਆ ਹੋਇਆ ਸੀ ਜਿਹੜਾ ਕਿ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਵੱਲੋਂ ਪੁੱਟਿਆ ਗਿਆ ਸੀ ਅਤੇ ਜੋ ਇਲਾਕਾ ਨਿਵਾਸੀ ਦੱਸ ਰਹੇ ਨੇ ਕਿ ਪਿਛਲੇ 1 ਮਹੀਨੇ ਤੋਂ ਇਹ ਖੱਡਾ ਪੁੱਟਿਆ ਹੋਇਆ ਸੀ ਅਤੇ ਨਾ ਉਹ ਭਰਿਆ ਸੀ ਅਤੇ ਜਿਹਦੇ ਕਰਕੇ ਬੀਤੀ ਰਾਤ ਨੂੰ ਇੱਕ ਟੋਨੀ ਨਾਮ ਦਾ ਵਿਅਕਤੀ ਜਿਹੜਾ ਘਰ ਵਾਪਸ ਜਾ ਰਿਹਾ ਸੀ ਆਪਣੇ ਕੰਮ ਤੋਂ ਉਹਦਾ ਮੋਟਰਸਾਈਕਲ ਸਮੇਤ ਇਸ ਖੱਡੇ ਦੇ ਵਿੱਚ ਗਿਰ ਗਿਆ ਅਤੇ ਜਿਹੜਾ ਪਤਾ ਲੱਗਿਆ ਕਿ ਉਹਦੀ ਡੈਥ ਹੋ ਗਈ ਉਸ ਤੋਂ ਬਾਅਦ ਅਤੇ ਇਸ ਸਿਸਟਮ ਦੀ ਅਣਗਹਿਲੀ ਕਰਕੇ ਇੱਕ ਬੇਕਸੂਰ ਦੀ ਜਾਨ ਚਲੀ ਗਈ ਅਤੇ ਸਾਡਾ ਇਹ ਸਵਾਲ ਹੈ ਕੈਪਟਨ ਸਰਕਾਰ ਨੂੰ ਕਿ ਇਹਦਾ ਜ਼ਿੰਮੇਵਾਰ ਕੌਣ ਹੈ, ਜੇ ਕਾਰਪੋਰੇਸ਼ਨ ਕਿਉਂ ਇਹਦੇ ਪੂਰੀ ਦੀ ਪੂਰੀ ਕਾਰਪੋਰੇਸ਼ਨ ਜ਼ਿੰਮੇਵਾਰ ਹੈ, ਕਿਉਂਕਿ ਜੇ ਆਪਾਂ ਦੇਖੀਏ ਲਗਭਗ 1200 ਕਰੋੜ ਦਾ ਬਜਟ ਫਿਕਸਅਪ ਹੁੰਦਾ ਲੁਧਿਆਣੇ ਦੀਆਂ ਸੜਕਾਂ ਬਣਾਉਣ ਵਾਸਤੇ, ਪਰ ਜੇ ਫਿਰ ਵੀ ਸਮਾਰਟ ਸਿਟੀ ਵਰਗੇ ਸ਼ਹਿਰ 'ਚ ਜੇ ਇੱਦਾਂ ਵੱਡੇ ਵੱਡੇ ਖੱਡੇ ਖੁੱਲ੍ਹੇ ਛੱਡੇ ਜਾਣਗੇ ਅਤੇ ਜਾਨਾਂ ਅਤੇ ਇਹ ਕੀਮਤੀਆਂ ਜਾਨਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਸਾਡੀਆਂ ਸਰਕਾਰਾਂ ਵੱਲੋਂ, ਸਾਡੀਆਂ ਕਾਰਪੋਰੇਸ਼ਨ ਵੱਲੋਂ, ਅਤੇ ਅਸੀਂ ਮੰਗ ਕਰਦੇ ਹਾਂ ਸਾਡੀ ਸਾਰੀ ਪਾਰਟੀ ਵੱਲੋਂ ਅਸੀਂ ਮੰਗ ਕਰਦੇ ਹਾਂ ਕਿ ਇਸ ਪਰਿਵਾਰ ਨੂੰ ਵੱਧ ਤੋਂ ਵੱਧ ਘੱਟੋ ਘੱਟ 1 ਕਰੋੜ ਦਾ ਮੁਆਵਜ਼ਾ ਦਿੱਤਾ ਜਾਏ ਅਤੇ ਪਰਿਵਾਰ ਦੇ ਕਿਸੇ ਵੀ ਇੱਕ ਜੀਅ ਨੂੰ ਇੱਕ ਸਰਕਾਰੀ ਨੌਕਰੀ ਦਿੱਤੀ ਜਾਏ। ਇਹ ਸਾਡੀ ਸਾਰਿਆਂ ਵੱਲੋਂ ਮੰਗ ਹੈ। ਜੇ ਮੰਗ ਨਾ ਪੂਰੀ ਕੀਤੀ ਗਈ ਤਾਂ ਆਉਣ ਵਾਲੇ ਸਮੇਂ 'ਚ ਅਸੀਂ ਇਸ 'ਤੇ ਇੱਕ ਧਰਨਾ ਵੀ ਪਲੈਨ ਕਰਾਂਗੇ।